ਮੈਨੂੰ ਦਿੱਤਾ ਹੋਇਆ ਟਾਈਮ ਸਮਾਪਤ ਹੈ ਤੇ 4 ਕੁ ਮਿੰਟ ਹਜੇ ਬਾਕੀ ਹੈ ਸਿੱਖਾਂ ਵਾਸਤੇ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਧ ਸੰਗਤ ਜੀ ਕਿ ਕੈਨੇਡਾ ਦੇ ਵਿੱਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਦਿਨ ਹੈ ਉਹ ਸਿੱਖਾਂ ਦੇ ਨਾਂ ਸ਼ੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਸਾਡਾ ਇਤਿਹਾਸ ਐਸਾ ਵੀ ਜਿਹੜਾ ਅਸੀਂ ਕਾਫੀ ਭੁੱਲ ਗਏ ਰਿਸਰਚ ਨਹੀਂ ਕਰਦੇ ਬੜੇ ਵੱਡੇ ਵੱਡੇ ਸਾਡੀ ਸਿੱਖ ਕੌਮ ਦੇ ਵਿੱਚੋਂ ਨਮਾਇंदे ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਸਿੱਖੀ ਦਾ ਝੰਡਾ ਬਰਦਾਰ ਕਰਿਆ ਉਹਨਾਂ ਦੇ ਵਿੱਚੋਂ ਇੱਕ ਨਾਮ ਕਿਉਂਕਿ ਸਿੱਖ ਧਰਮ ਦੇ ਵਿੱਚ ਸੰਤ ਅਤਰ ਸਿੰਘ ਮਸਤੋਆਣੇ ਵਾਲੇ ਉਹਨਾਂ ਨੇ ਧਰਮ ਔਰ ਵਿਦਿਆ ਦੇ ਵਿੱਚ ਜਿਹੜਾ 20ਵੀਂ ਸਦੀ ਦੇ ਸ਼ੁਰੂ ਵਿੱਚ ਯੋਗਦਾਨ ਪਾਇਆ ਉਹ ਭੁਲਾਇਆ ਨਹੀਂ ਜਾ ਸਕਦਾ 1906 ਦੇ ਵਿੱਚ ਸੰਤ ਅਤਰ ਸਿੰਘ ਜੀ ਨੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਨੂੰ 1906 ਦੇ ਵਿੱਚ ਮਸਤੋਆਣੇ ਤੋਂ ਉਹਨਾਂ ਨੂੰ ਵਿਦੇਸ਼ ਪੜ੍ਹਨ ਦੇ ਲਈ ਭੇਜਿਆ ਗਿਆ ਕਿਉਂ ਭੇਜਿਆ ਕਿ ਤੁਸੀਂ ਜਾਓ ਔਰ ਵਿਦੇਸ਼ ਵਿੱਚ ਪੜ੍ਹ ਕੇ ਉਥੋਂ تعلیم ਲੈ ਕੇ ਪੱਛਮੀ ਸਭਿਆਤਾ ਦੀ تعلیم ਲੈ ਕੇ ਉਰੇ ਦੇਸ਼ ਪੰਜਾਬ ਦੇ ਵਿੱਚ ਕਿਉਂਕਿ ਸਿੱਖਾਂ ਦੇ ਵਿੱਚ ਔਰ ਸਾਡੇ ਬੱਚਿਆਂ ਦੇ ਵਿੱਚ ਸਮੇਂ ਦੀ ਹਾਨੀ ਬਣਾਉਣ ਲਈ ਕਿਸ ਤਰ੍ਹਾਂ ਕਿੱਡੀ ਵੱਡੀ ਸੋਚ ਸੀ ਸੰਤ ਅਤਰ ਸਿੰਘ ਮਸਤੋਆਣੇ ਵਾਲਿਆਂ ਦੀ ਸਾਨੂੰ ਸਮੇਂ ਦੀਹਾਣੀ ਗੁਰੂ ਸਾਹਿਬਾਨ ਨੇ ਬਣਾਏ ਔਰ ਬਾਅਦ ਵਿੱਚ ਸਿੱਖ ਧਰਮ ਦੇ ਵਿੱਚ ਮਹਾਂਪੁਰਖ ਹੋਏ ਨੇ ਉਹਨਾਂ ਨੇ ਵੀ ਸਾਨੂੰ ਸਮੇਂ ਦੀਹਾਣੀ ਬਣਾਇਆ ਤੇਜਾ ਸਿੰਘ ਨੂੰ ਭੇਜਿਆ ਗਿਆ ਕਿ ਤੁਸੀਂ ਵਿਦੇਸ਼ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਦੇਸ਼ ਪੰਜਾਬ ਵਿੱਚ ਆ ਕੇ ਇੱਥੇ ਇੱਥੇ ਦੇ ਬੱਚਿਆਂ ਨੂੰ ਜਿਹੜੀ ਉਹ ਐਜੂਕੇਸ਼ਨ ਹੈ ਉਹਦਾ ਗਿਆਨ ਕਰਵਾਓ ਸਾਧ ਸੰਗਤ ਜੀ ਇੱਕ ਗੱਲ ਜਿਹੜੀ ਆ ਰਹੀ ਹੈ ਕਿ ਸੰਤਾ ਅਤਰ ਸਿੰਘ ਮਸਤਵਾੜੇ ਵਾਲਿਆਂ ਨੇ ਤੇਜਾ ਸਿੰਘ ਨੂੰ ਮਸਤਵਾਣਾ ਸਾਹਿਬ ਤੋਂ 1906 ਦੇ ਵਿੱਚ ਅਰਦਾਸ ਕਰਕੇ ਸਿਰੋਪਾਉ ਦੇ ਕੇ ਵਿਦੇਸ਼ ਭੜਨ ਦੇ ਲਈ ਜਦੋਂ ਰਵਾਨਾ ਕੀਤਾ ਤਾਂ ਉਹਨਾਂ ਨੂੰ ਤਿੰਨ ਗੱਲਾਂ ਤਿੰਨ ਗੱਲਾਂ ਉਹਨਾਂ ਨੂੰ ਹਦਾਇਤ ਕੀਤੀ ਕਿ ਆਹ ਤਿੰਨ ਗੱਲਾਂ ਤੁਸੀਂ ਭੁੱਲਣੀਆਂ ਨਹੀਂ ਉਹ ਕਿਹੜੀਆਂ ਪਹਿਲੀ ਗੱਲ ਹੈ ਜਿਹੜੀ ਉਹ ਹੈ ਕਿ ਗੁਰਮੁਖੀ ਪੜ੍ਹਨੀ ਗੁਰਮੁਖੀ ਦਾ ਲੜਨੀ ਛੱਡਣਾ ਗੁਰਮੁਖੀ ਕਿਉਂਕਿ ਦੇਖਿਆ ਵਿਦੇਸ਼ਾਂ ਜਾ ਕੇ ਅਸੀਂ ਪੰਜਾਬੀ ਨੂੰ ਸਾਡੀ ਲਿਪੀ ਨੂੰ ਗੁਰਮੁਖੀ ਨੂੰ ਛੱਡ ਦਿੰਦੇ ਨੇ ਪਹਿਲੀ ਗੱਲ ਇਹ ਹਦਾਇਤ ਕਰ ਦਿੱਤੀ ਵੀ ਗੁਰਮੁਖੀ ਪੜ੍ਹਨੀ ਔਰ ਗੁਰਮੁਖੀ ਦਾ ਪ੍ਰਚਾਰ ਕਰਨਾ ਜਾ ਕੇ ਦੂਸਰੀ ਗੱਲ ਸਾਫਤ ਸੂਤ ਰਹਿਣਾ ਕਿਸਾਂ ਦੀ ਵਿਆਪਦੀ ਨਹੀਂ ਕਰਨੀ ਸਾਫਤ ਸੂਤ ਰਹਿਣਾ ਹੈ ਤੀਸਰੀ ਗੱਲ ਜਿੱਥੇ ਜਾਣਾ ਉਥੇ ਸਤਸੰਗ ਅਤੇ ਗੁਰਦੁਆਰਿਆਂ ਦੀ ਸਥਾਪਨਾ ਕਰਨੀ ਸਤਸੰਗ ਜਪਾਨ ਦੇ ਵਿੱਚ ਇੰਗਲੈਂਡ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਜਿੰਨੇ ਗੁਰਦੁਆਰੇ ਇਹ ਸਾਡੇ ਬਣੇ ਹੈ ਪਹਿਲਾਂ ਬਣੇ ਇਹ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੀ ਬਹੁਤ ਵੱਡੀ ਦੇਣ ਹੈ ਕਿਉਂਕਿ ਉਥੇ ਸਿੱਖਾਂ ਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਸਨ ਤੇਜਾ ਸਿੰਘ ਜੀ ਨੇ ਜਾ ਕੇ ਉਥੇ ਦੀ ਸਰਕਾਰ ਉਥੇ ਦੇ ਕਾਨੂੰਨ ਮੁਤਾਬਕ ਲੜਾਈ ਲੜੀ ਕਾਨੂੰਨ ਮੁਤਾਬਕ ਲੜਾਈ ਲੜੀ ਸਿੱਖਾਂ ਨੂੰ ਹੱਕ ਦਿਵਾਏ ਸੋ ਉਸੇ ਘਾਲਣਾ ਦੇ ਤਹਿਤ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ 1 ਜੁਲਾਈ ਨੂੰ ਸੰਤ ਤੇਜਾ ਸਿੰਘ ਜੀ ਮਸਤਵਾਨ ਡੇ ਜਿਵੇਂ ਕੈਨੇਡਾ ਡੇ ਉਥੇ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸੰਤ ਤੇਜਾ ਸਿੰਘ ਡੇ ਜਿਹੜਾ ਹਰ ਸਾਲ 1 ਜੁਲਾਈ ਨੂੰ ਬ੍ਰਿਟਿਸ਼ ਕਲੰਬੀਆ ਦੇ ਵਿੱਚ ਮਨਾਇਆ ਜਾਇਆ ਕਰੂਗਾ ਔਰ ਉਸ ਦਿਨ ਬ੍ਰਿਟਿਸ਼ ਕਲੰਬੀਆ ਦੀ ਜਿਹੜੀ ਪਾਰਲੀਮੈਂਟ ਹੈ ਉੱਥੇ ਖਾਲਸੇ ਦਾ ਕੇਸਰੀ ਨਿਸ਼ਾਨ ਵੀ ਝੁਲਿਆ ਕਰੂਗਾ ਜਿਸ ਤਰ੍ਹਾਂ ਵਿਸਾਖੀ ਨੂੰ ਆਪਾਂ ਦੇਖਦੇ ਆਂ ਵਿਸਾਖੀ ਨੂੰ ਨਿਊਯਾਰਕ ਦੇ ਵਿੱਚ ਅਮਰੀਕਾ ਵਿੱਚ ਵੀ ਕੇਸਰੀ ਨਿਸ਼ਾਨ ਹੈ ਜਿਹੜਾ ਉਹ ਖਾਲਸੇ ਦਾ ਜਿਹੜਾ ਪਾਰਲੀਮੈਂਟ ਦੇ ਬਰਾਬਰ ਨਾਲ ਉਹਨਾਂ ਦੇ ਝੁਲਦਾ ਹੈ ਕਿੱਡੀ ਮਾਨ ਵਾਲੀ ਗੱਲ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਸਾਡੇ ਇੱਥੇ ਜੇ 26 26 ਜਨਵਰੀ ਨੂੰ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਨਿਸ਼ਾਨ ਝੁਲਾ ਦਿੱਤਾ ਇੱਥੇ ਇੰਨਾ ਬੁਬਾਲ ਮਚ ਗਿਆ ਪਤਾ ਨਹੀਂ ਕਿ ਇਹ ਤਾਂ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਮੈਂ ਕਹਣਾ ਲਾਲ ਕਿਲੇ ਦੇ ਉੱਪਰ ਸਦਾ ਵਸਦੀ ਕੇਸਰੀ ਨਿਸ਼ਾਨ ਚਾਹੀਦਾ ਹੈ ਕਿਉਂਕਿ ਜੇ ਤਿਰੰਗਾ ਕਾਇਮ ਹੈ ਉਹ ਕੇਸਰੀ ਨਿਸ਼ਾਨ ਕਰਕੇ ਹੈ ਅੱਜ ਹਿੰਦੂ ਵੀਰ ਬ੍ਰਾਹਮਣ ਵੀਰ ਜੇ ਉਹਨਾਂ ਦਾ ਜਨੇਊ ਕਾਇਮ ਹੈ ਤਾਂ ਉਹ ਕੇਸਰੀ ਨਿਸ਼ਾਨ ਕਰਕੇ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਹੈ लाल किले ਦੇ ਉੱਪਰ ਤੇ ਸਦਾ ਵਾਸ ਦੀ ਕੇਸ਼ਰੀ ਨਿਸ਼ਾਨ ਚਾਹੀਦਾ। ਇੱਕ ਤਿਰੰਗਾ ਚੰਦਾ ਹੋਵੇ ਦੇਸ਼ ਦਾ ਉਹਦੇ ਨਾਲ ਕੇਸ਼ਰੀ ਨਿਸ਼ਾਨ ਹੋਵੇ। ਸੋ ਸਾਧ ਸੰਗਤ ਜੀ ਇਹ ਬਹੁਤ ਵੱਡੀ ਇੱਕ ਸਿੱਖ ਕੌਮ ਲਈ ਕਿਉਂਕਿ ਇੱਥੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਸਾਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈ। ਔਰ ਬਹੁਤ ਵਿਦੇਸ਼ਾਂ ਵਿੱਚ ਦੇਖਿਆ ਉੱਥੇ ਵੱਡੇ ਵੱਡੇ ਸਮਾਗਮ ਗੁਰਦੁਆਰਿਆਂ ਵਿੱਚ ਹੁੰਦੇ ਨੇ। ਉੱਥੇ ਮਨਾਏ ਜਾਂਦੇ ਨੇ ਦਿਨ ਇਹ। ਬਹੁਤ ਇਹ ਮਸਤਵਾਨਾ ਸਾਹਿਬ ਵਿਖੇ ਵੀ 1 ਜੁਲਾਈ ਨੂੰ ਅਕਾਲ ਕੌਂਸਲ ਗੁਰਸਾਗਰ ਮਸਤਵਾਨਾ ਸਾਹਿਬ 1 ਜੁਲਾਈ ਨੂੰ ਰੇ ਸਮਾਗਮ ਹੋ ਰਿਹਾ ਨੇ ਖੰਡਪਾਤ ਸਾਹਿਬ ਦੇ ਭੋਗ ਪੈਣਗੇ ਸੋ ਇਤਨੀ ਬੇਨਤੀ ਮੇਰੀ ਪ੍ਰਵਾਨ ਕਰਨਾ ਮੈਂ ਵਿਸ਼ੇ ਤੋਂ ਥੋੜਾ ਹਟ ਕੇ ਕਿਉਂਕਿ ਜ਼ਰੂਰੀ ਸੀ ਇਹ ਜਾਣਕਾਰੀ ਵੀ ਪ੍ਰਦਾਨ ਕਰਨੀ ਬਲਾਉਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ